सलाम जी। वालेकुम सलाम जी। क्या हाल है? ठीक है जी, अल्लाह का शुक्र है जी। तो की गल सट लग गई? ਬੜਾ ਗੌਰ ਕਰਨ ਦੇ। ਮੈਂ ਕਿਹਾ ਕੀ ਹੋਇਆ? ਤੁਸੀਂ ਪੱਟੀ ਕਰਨ ਆਏ ਹੋ? ਨਹੀਂ ਨਹੀਂ, ਵੈਸੇ ਹੀ ਤੂੰ ਤੁਹਾਡੇ ਤੋਂ ਵੱਡਾ ਹੈ, ਗਵਾਚ ਨੇ ਜਾਣਾ ਵਿੱਚ। ਭਾਈ ਜਾਨ ਜਿਹੜੇ ਕੰਮ ਆਏ ਉਹ ਗੱਲ ਕਰੋ। ਨਹੀਂ ਮੈਂ ਵੈਸੇ ਕਹਿ ਰਿਹਾ, ਤੂੰ ਕਿਉਂ ਚੁੱਕਿਆ? ਕਿਉਂ ਇਹਨੂੰ? ਕੀ ਹੋਇਆ? ਉਹ ਚੁੱਕਿਆ ਕੀ ਯਾਰ, ਮੇਰੀ ਮਰਜ਼ੀ, ਮੈਂ ਦੁਕਾਨਦਾਰ ਆ, ਚੁੱਕਾਂ ਨਾ ਚੁੱਕਾਂ ਤੂੰ ਕੋਲ ਆਏ? ਨਹੀਂ ਜ਼ਿੱਦ ਕਰ ਰਹੇ ਸੀ, ਕੀ ਗੱਲ ਯਾਰ? ਜ਼ਿੱਦ ਕਾਹਦੀ ਕਰ ਰਹੇ ਹੋ, ਕੰਮ ਤੇ ਨਹੀਂ ਜਾਂਦਾ ਤੇ ਰੱਖ ਦੋ। ਮਤਲਬ ਕਿ ਕਿਉਂ ਇਹਨੂੰ ਐਡਾ ਸਿਆਪਾ ਪਾਇਆ ਆਪਣੀ ਜਾਨ ਨੂੰ? ਹੈ ਜੀ, ਹੋਰ ਸੁਣਾਓ, ਕੰਮ ਸਭ ਠੀਕ ਹੈ ਤੁਹਾਡਾ? ਜੀ ਅੱਲਾਹ ਦਾ ਬੜਾ ਸ਼ੁਕਰ ਹੈ। ਤੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਆਪ ਸਮਾਨ ਲੈਣ ਆਏ ਹੋ? ਕੀ ਗੱਲ ਸਰ? ਅਸਲ ਮੇਰੀ ਸ਼ਾਦੀ ਨਹੀਂ ਹੋ ਰਹੀ। ਕਿਹਦੀ? ਮੇਰੀ। ਤੁਹਾਡੀ? ਮੈਂ ਹਾਰ ਪਾਇਆ ਕਿ ਸ਼ਾਇਦ ਕੋਈ ਵੇਖ ਕੇ ਕੋਈ ਤਰਸ ਖਾ ਲੇ। ਜਿੰਨੀ ਉਮਰ ਹੋ ਗਈ ਨਾ ਤੁਸੀਂ, ਕੋਈ 8-10 ਸ਼ਾਦੀਆਂ ਇਕੱਠੀਆਂ ਕਰਾਓ। ਭਾਜੀ ਉਮਰ ਅਜੇ ਮੇਰੀ ਕਿਹੜੀ ਹੈ, ਹੱਸਣ ਖੇਡਣ ਦੀ ਹੈ? ਨਹੀਂ ਬਾਕੀ ਦੀ ਹੈ ਹੀ ਨਹੀਂ, ਨਜ਼ਰ ਹੀ ਨਹੀਂ ਆ ਰਹੀ। ਅੱਛਾ ਜਿਹੜੇ ਕੰਮ ਆਇਆ ਨਾ ਗੱਲ ਕਰੋ, ਸੁਬਹਾ ਸੁਬਹਾ ਤੁਹਾਡੀ ਮਿਹਰਬਾਨੀ, ਦਿਮਾਗ ਖਰਾਬ ਨਾ ਕਰੋ। ਤਾਂ ਬੜਾ ਛੋਟਾ ਜਿਹਾ ਹਾਰ ਪਾਇਆ, ਮੰਗਣੀ ਵਾਲਾ ਹੈ? ਯਾਰ ਛੋਟਾ ਪਾਵਾਂ ਵੱਡਾ ਪਾਵਾਂ, ਤੁਹਾਨੂੰ ਕੋਈ ਤਕਲੀਫ ਹੈ ਯਾਰ? ਹੈ ਨਹੀਂ, ਇਹ ਤਾਂ ਬਿਲਕੁਲ ਛੋਟਾ ਜਿਹਾ ਹਾਰ ਨਾ, ਵੇਖੋ। ਨਹੀਂ ਬਿਲਕੁਲ ਛੋਟਾ ਜਿਹਾ ਹਾਰ ਕੀ, ਹੁਣ ਮੈਂ ਦੱਸ ਯਾਦਗਾਰ ਜਿਹੜਾ ਪਾਵਾਂ? ਨਹੀਂ ਏਡੀ ਕਮਾਲਾ ਤਾਂ ਬੰਦਾ ਠੀਕ ਹੋਵੇ ਨਾ, ਜਦੋਂ ਡਾਕਟਰ ਕੋਲ ਵਾਪਸੀ ਤੇ ਹਸਪਤਾਲੋਂ ਉਹ ਪਾ ਲੈਂਦਾ ਕਿ ਯਾਰ। ਤੈਨੂੰ ਦੱਸਿਆ ਕਿ ਮੇਰੀ ਸ਼ਾਦੀ ਨਹੀਂ ਹੋਈ, ਮੈਂ ਇਸ ਲਈ ਪਾਇਆ, ਸ਼ਾਇਦ ਕੋਈ ਤਰਸ ਖਾ ਲੇ। ਤਰਸ ਕਿਹੜਾ ਖਾ ਲਏ? ਤੂੰ ਖਾ ਲੈ। ਖੈਰਾਤ, ਜ਼ਕਾਤ ਕੀ? ਜ਼ਕਾਤ ਲੈਂਦੇ ਹੋ? ਯਾਰ ਜ਼ਕਾਤ ਕਿਹੜੀ ਲੈਣਾ ਤੈਨੂੰ, ਮੈਂ ਜ਼ਕਾਤ ਲੈਣ ਵਾਲਾ ਲੱਗਣਾ ਯਾਰ? ਤੇ ਵਿਆਹ 'ਚ ਕਿਹੜਾ ਤਰਸ ਹੁੰਦਾ ਬਈ? ਯਾਰ ਤੂੰ ਮੈਨੂੰ ਸ਼ਕਲੋ ਲੱਗਦਾ ਕੋਈ ਸਦਕਾ ਲੈਣ ਵਾਲਾ। ਮੈਂ ਸਦਕੇ ਜਾਣ ਵਾਲਾ ਭੈਣ, ਸਦਕੇ ਵਾਰੀ ਜਾਣ ਵਾਲੇ ਨਹੀਂ ਹੁੰਦੇ ਉਹ। ਅੱਛਾ ਆਇਆ ਕਿਧਰੇ ਭਾਈ, ਮੇਰੀ ਗੱਲ ਕਰ। ਉਹ ਯਾਰ ਤੂੰ ਕਿਉਂ ਚੁੱਕ ਲੈਂਦਾ ਮਿੰਟ ਬਾਅਦ? ਕੀ ਮਸਲਾ ਕੀ? ਇਹ ਦੁਕਾਨਦਾਰ ਕਿੱਥੇ ਨੇ ਉਹ? ਮੈਂ ਦੁਕਾਨਦਾਰ ਹੀ ਹਾਂ ਭਾਈ ਜਾਨ। ਆਪ ਦੁਕਾਨਦਾਰ ਹੋ? ਜੀ ਜੀ। ਤੇ ਸਮਾਨ ਵੇਖਦਾ ਨਹੀਂ ਆਪੇ ਪਾ ਕੇ ਫਿਰਦੇ ਰਹਿੰਦੇ? ਯਾਰ ਤੇਰਾ ਕੋਈ ਦਿਮਾਗ ਖਰਾਬ ਹੈ, ਤੂੰ ਤੇਰੇ ਇੱਟ ਵੱਜੀ ਦਿਮਾਗ 'ਚ ਯਾਰ। ਅੱਛਾ ਜਿਹੜਾ ਕੰਮ ਹੈ ਉਹ ਗੱਲ ਕਰ। ਸਮਾਨ ਤਾਂ ਕਾਫੀ ਸਾਰਾ ਲਾਇਆ ਤੁਸੀਂ? ਹੈ ਯਾਰ ਸਮਾਨ ਲਾਇਆ ਭਾਈ ਜਾਨ, ਉਹ ਦੇਖੋ ਨਾ ਬਾਹਰ ਕਿੰਨੇ ਗਾਹਕ ਸਾਡੇ ਕੋਲ ਉੱਤੇ ਨੇ, ਮਾਸ਼ਾਅੱਲਾ ਕੋ 5-6 ਮੁੰਡੇ ਨੇ ਆਪਣੇ ਕੰਮ ਤੇ। ਜੀ ਜੀ। ਗੱਡੀ ਗੁੱਡੀ ਸਜਾ ਲੈਂਦੇ ਹੋ? ਹਾਂਜੀ ਗੱਡੀ ਸਜਾ ਲਈ ਦੀ। ਅੱਛਾ ਜੀ, ਇਹਨੂੰ ਲਾ ਲਾ ਯਾਰ, ਇਹਨੂੰ ਕਿਉਂ? ਯਾਰ ਮੈਂ ਕਿਉਂ ਲਾ ਲਾ, ਤੈਨੂੰ ਕੀ ਵਜ੍ਹਾ, ਪ੍ਰੋਬਲਮ ਕੀ ਹੈ ਤੈਨੂੰ? ਨਹੀਂ ਅੱਛਾ ਲੱਗ ਰਿਹਾ ਵੈਸੇ ਨਾ ਉਹ। ਅੱਛਾ ਤੈਨੂੰ ਪਵਾ ਦੇ ਤਾਂ ਅੱਛਾ ਲੱਗੇਗਾ। ਇਹ ਉਮਰ ਵੈਸੇ ਹੈਗੀ, ਉਹ ਸਿਰਫ ਸਾਦਾ ਫੁੱਲਾਂ ਵਾਲੇ ਹਾਰ ਨਹੀਂ ਹੁੰਦੇ। ਕਿਹੜੇ? ਇਹ ਤੇ ਮਾਲਾ ਵਾਲੇ ਹੈ ਹੀ। ਤੇਰਾ ਪੇੜਾ ਤਰ ਜੀ ਓਏ, ਉਹ ਕਿਹੜੇ ਹਾਰ ਪਵਾਉਣ ਲੱਗਾ ਫੁੱਲਾਂ ਵਾਲੇ ਓਏ? ਕਿਹੜੇ? ਉਹ ਇਹਦੀ ਤਾਂ ਮੈਂ ਜੀਉਣਾ ਹੈ, ਮੈਨੂੰ ਮਾਰਨ ਲੱਗਾ ਓਏ। ਯਾਰ ਜ਼ਰੂਰੀ ਮਰਨ ਵਾਲੇ ਹੁੰਦੇ ਨੇ, ਬੰਦਾ ਉਮਰਾਂ ਕਰਕੇ ਆਉਂਦਾ ਹਾਰ ਨਹੀਂ ਪੈਂਦੇ। ਉਹ ਉਮਰ ਏ, ਉਹ ਇਹਨੂੰ ਲਾਂਦਾ ਕਿਉਂ ਨਹੀਂ ਯਾਰ? ਤੈਨੂੰ ਕਿੰਨਾ ਕੁ ਸ਼ੌਕ ਹੈ ਯਾਰ? ਅੱਲਾ ਮੈਂ ਲਾਤਾ, ਹੁਣ ਗੱਲ ਕਰਕੇ ਨਹੀਂ ਕਰਨੀ। ਗੱਡੀ ਭਾਜਨ ਸਜਾਣੀ ਤੇ ਗੱਡੀ। ਅੱਛਾ ਗੱਡੀ? ਗੱਡੀ ਗੱਡੀ ਕਿੱਥੇ ਜੇ? ਗੱਡੀ ਆ ਜਾਂਦੀ ਏ, ਗੱਡੀ ਤੁਹਾਨੂੰ ਦੱਸ ਦਿੰਦੇ। ਮੈਂ ਤਾਂ ਉਬਰ ਤੇ ਭੇਜੀ ਜੇ। ਹੈ? ਉਬਰ ਤੇ ਭੇਜੀ? ਹਾਂਜੀ, ਉਬਰ ਦੀ ਬਹੁਤ ਸੀ, ਰੋਡ ਨਹੀਂ ਠੀਕ ਹੈਗੇ ਲਾਹੌਰ ਦੇ ਤੁਹਾਨੂੰ ਪਤਾ। ਹੁਣ ਮੈਂ ਪਹਿਲੇ ਰੋਡ ਠੀਕ ਕਰਾਵਾਂ, ਫਿਰ ਤੇਰੀ ਗੱਲ ਸੁਣਾ। ਉਬਰ ਵਾਲੀ ਕਿਹੜੀ ਗੱਡੀ ਹੁੰਦੀ ਤੂੰ? ਉਬਰ ਵਾਲੀ ਤੈਨੂੰ ਨਹੀਂ ਪਤਾ ਕਿਹੜੀ ਹੁੰਦੀ ਹੈ ਕਿ ਕਿਹੜੇ ਮੁਲਕ 'ਚੋਂ ਆਇਆ ਤੂੰ? ਨਹੀਂ ਤਾਂ ਮੈਂ ਉਬਰ ਸੇ ਜਾਣ ਤੇਰੇ ਕੋਲ ਆਇਆ ਮੈਂ। ਗੱਡੀ ਤੇਰੀ ਆਪਣੀ ਹੈ? ਆਪਣੀ ਹੈ, ਸਮਝੋ ਆਪਣੀ ਹੁੰਦੀ ਉਹ। ਨਹੀਂ ਸਮਝੋ ਕੀ ਮਤਲਬ? ਆਪਣੀ ਹੁੰਦੀ ਜਦੋਂ ਬਈ ਤੁਸੀਂ ਰੈਂਟ ਪੇ ਕਰਨਾ ਉਹਦਾ, ਆਪਣੀ ਹੋ ਗਈ ਨਾ, ਜਿੰਨੀ ਦੇਰ ਵੀ ਹੈ ਉਹ ਆਪਣੀ। ਅੱਛਾ ਅੱਛਾ, ਰੈਂਟ ਤੇ ਲਿਆਏ? ਰੈਂਟ ਤੇ। ਤੁਹਾਨੂੰ ਤਾਂ ਕੋਈ ਰੈਂਟ ਤੇ ਨਹੀਂ ਦਿੰਦਾ ਹੋਣਾ? ਰੈਂਟ ਤੇ, ਰੈਂਟ ਤੇ। ਅੱਛਾ ਉਹਨੂੰ ਸਜਾਣਾ ਹੈ? ਆਹ ਤੇ ਕੀ ਹਿਸਾਬ ਕਿਤਾਬ ਗੱਡੀ ਸਜਾਉਣ ਦਾ ਤੁਹਾਡੇ? ਤੁਹਾਡੇ ਕੋਲ 20,000 ਰੁਪਇਆ, ਤੁਹਾਡੀ ਸ਼ਕਲ ਦੇਖ ਕੇ ਨਾ ਮੈਨੂੰ ਤਰਸ ਆ ਗਿਆ। ਮੇਰੀ ਸ਼ਕਲ ਦੇ ਹਿਸਾਬ ਨਾਲ ਤਾਂ ਬਣਦੇ ਫਿਰ 150 ਰੁਪਇਆ। ਬਹੁਤ ਅੱਛੇ, ਕਿਹੜੀ ਗੱਡੀ ਹੈ? ਯਾ ਅੱਲਾ ਯਾ ਅੱਲਾ, ਉਹ ਗੱਡੀ ਹੈ ਤੁਹਾਡੀ? ਨਹੀਂ ਮੇਰੀ ਸ਼ਕਲ ਦੇ ਹਿਸਾਬ ਨਾਲ ਜਾਏਗਾ ਤਾਂ ਫਿਰ ਤਾਂ 70 ਰੁਪਈਏ ਬਣਦੇ ਤੇਰੇ। ਯਾਰ ਜਿਹੜਾ ਕੰਮ ਇਹਨੂੰ ਦੱਸ, ਮੈਂ ਵਾ ਪਰੇਸ਼ਾਨ ਖਲੋਤਾ ਹਾਂ, ਤੇਰੀ ਮਿਹਰਬਾਨੀ ਹੈ, ਨਾ ਤੰਗ ਕਰ। ਤੇ ਤੂੰ ਫਿਰ ਦੁਕਾਨ ਨਹੀਂ ਸੀ ਖੋਲ੍ਹਣੀ, ਪਰੇਸ਼ਾਨ ਹੈ ਤਾਂ ਘਰ ਰਹਿ ਤੂੰ। ਨਹੀਂ ਦੁਕਾਨ ਕਿਉਂ ਨਾ ਖੋਲ੍ਹਾਂ, ਵਜ੍ਹਾ ਤੂੰ ਮਾਮਾ ਲੱਗਣਾ ਮੇਰਾ। ਨਹੀਂ ਤੂੰ ਤਾਂ ਪਰੇਸ਼ਾਨ ਹੈ ਤਾਂ ਘਰ ਪਿਆ, ਸਕੂਲ ਨਾਲ ਕਿਉਂ ਆਇਆ ਕੰਮ 'ਤੇ? ਯਾਰ ਤਾਂ ਘਰਾਂ 'ਚ 100 ਮਸਲੇ ਮਸਾਇਲ ਹੁੰਦੇ ਨੇ, ਤੂੰ ਕਸਟਮਰ ਹੈ ਉਹ ਗੱਲ ਕਰ ਮੇਰੇ ਨਾਲ। ਚੀਜ਼ਾਂ ਤੂੰ ਖੁਸ਼ੀ ਵਾਲੀਆਂ ਵੇਚਣ ਦੀਆਂ, ਸ਼ਾਦੀ ਵਾਲੀਆਂ, ਘਰ ਤੇਰੇ ਸਿਆਪਾ ਪਿਆ, ਇਹ ਕੀ ਕੰਟਰਾਸਟ ਬਈ? ਓਏ ਹਰ ਘਰ ਸਿਆਪਾ ਪਿਆ, ਓਏ ਮੇਰਾ ਦਿਮਾਗ ਖਰਾਬ ਨਾ ਕਰ ਖੁਦਾ ਦਾ ਵਾਸਤਾ ਹੀ। ਉਹ ਤੂੰ ਕਿਹੜੀਆਂ ਫੈਲਾਂ ਵੇਖਣ ਦਿਆ ਦਿਮਾਗ ਖਰਾਬ ਤੇਰਾ, ਸੂਈ ਗੈਸ ਲੱਗਾ ਤੂੰ? ਯਾਰ ਤੂੰ ਚਾਹਨਾ ਕੀ ਜੀ ਸਰ, ਮੈਨੂੰ ਨਾ ਦੱਸ ਦੇ। ਗੱਡੀ ਸਜਾਣੀ ਭਾਈ ਗੱਡੀ? ਤੇ ਮੈਂ ਕਦੋਂ ਮੁਕਰਨ ਡਿਆ, ਮੈਂ ਨਹੀਂ ਸਜਾਣੀ। ਅੱਛਾ ਗੱਡੀ ਮਸਲਾ ਠੀਕ ਹੈ ਨਾ?
ਠੀਕ ਕੀ ਮਤਲਬ ਬਿਮਾਰ ਸੀ ਪਹਿਲੇ ਮਤਲਬ ਚੱਲਦੀ ਏ ਮੇਰੀ ਤਾਂ ਗੱਲਾਂ ਕੇ ਲੈ ਕੇ ਜਾਣੀ ਚੱਲਦੀ ਗੱਡੀ ਸਜਾਉਣੀ ਹੋਰ ਕੀ ਕਿੱਥੇ ਖਲਾਰੀ ਉੱਥੇ ਖੜੀ ਜਿੱਥੇ ਜਿਹਨਾਂ ਦੀ ਹੈ ਉਹਨਾਂ ਨੇ ਖਲਾਰੀ ਕੇ ਮੈਂ ਛੱਤ ਤੇ ਖਲਾਰੀ ਆਪਣੀ ਮੇਰਾ ਮਤਲਬ ਇੱਟਾਂ ਤੇ ਨਹੀਂ ਖਲਾਰੀ ਨਹੀਂ 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 ਇੱਟਾਂ ਦੇ ਕਿਹੜਾ ਦੌਰ ਹੈਗਾ ਇੱਟਾਂ ਦਾ ਅੱਛਾ ਅੱਛਾ ਇੱਟਾਂ ਦੇ ਖਲਾਰੀ ਕੇ ਗੱਡੀ ਮਿਸਤਰੀ ਸਾਡੀ ਗੱਡੀ ਦੀ ਹਾਲਤ ਕੈਸੀ ਏ ਮਤਲਬ ਲਾਈਟਾਂ ਲੂਟਾਂ ਠੀਕ ਨੇ ਨਹੀਂ 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 ਲਾਈਟਾਂ ਲੂਟਾਂ ਨਹੀਂ ਸੀ ਲਾਲਟਨ ਫੜ ਕੇ ਬਹਿਣਾ ਗੱਡੀ 'ਚ ਨਾ ਲਾਈਟਾਂ ਹੈ ਹੀ ਨਹੀਂ ਉਹਦੀਆਂ ਬਹੁਤ ਅੱਛੇ ਭਾਈ ਜਾਨ ਪੁੱਛਣ ਲਿਆ ਤੁਹਾਨੂੰ ਮੈਂ ਉਹ ਲਾਈਟਾਂ ਹੁੰਦੀਆਂ ਗੱਡੀ ਦੀਆਂ ਔਰ ਮਤਲਬ ਕਿ ਗੱਡੀ ਦੀ ਅੰਦਾਜ਼ੇ ਨਾਲ ਲਈ ਫਿਰਨ ਦਾ ਤੇ ਕਿੰਨੇ ਦੀ ਲਈ ਸੀ ਹੈਜੀ ਉਹ ਗੱਡੀ ਰੈਂਟ ਤੇ ਭਾਈ ਜਾਨ ਹੁੰਦੀ ਏ ਇਹ ਜਿਹੜੀ ਵਿਆਹ ਵਾਲੀ ਹੁੰਦੀ ਏ ਉਹਦੀ ਗੱਲ ਕਰ ਰਹੇ ਹਾਂ ਅੱਛਾ ਜ਼ਾਤੀ ਗੱਡੀ ਤੁਹਾਡੇ ਕੋਲ ਕੋਈ ਨਹੀਂ ਹੈਗੀ ਅੱਛਾ ਤੇਰੀ ਗੱਲੋਂ ਤਾਂ ਲੱਗਦਾ ਸਜਾਈ ਤੂੰ ਵੀ ਨਹੀਂ ਕਰੀ ਮਤਲਬ ਕਿ ਤੂੰ ਵੀ ਅੱਗੇ ਹੀ ਕਹਿੰਦਾ ਕਿਤੇ ਭਾਈ ਜਾਨ ਮੈਂ ਮੁੰਡੇ ਰੱਖੇ ਨੇ 4-5 ਅੱਛਾ ਉਹ ਸਾਰਾ ਕੰਮ ਕਰਦੇ ਨੇ ਆਪ ਕਿਉਂ ਨਹੀਂ ਕਰਦਾ ਤੂੰ ਕਿੰਨਾ ਵੱਡਾ ਹੋ ਗਿਆ ਤੂੰ ਆਪ ਕਿਉਂ ਨਹੀਂ ਕੰਮ ਕਰਦਾ ਯਾਰ ਮੈਂ ਮਾਲਕ ਹਾਂ ਹੁਣ ਮੈਂ ਕਰੀ ਜਾਵਾਂ ਕੰਮ ਸਾਰੀ ਉਮਰ ਕੰਮ ਕੀਤਾ ਤੇ ਦੁਕਾਨ ਬਣਾਈ ਏ ਆਪ ਕਰੀ ਤਾਂ ਹੁੰਦਾ ਕੰਮ ਸੁਣਿਆ ਬਾਅਦ ਫੇ ਕਹਿੰਦੇ ਕੰਮ 'ਚ ਬਰਕਤ ਨਹੀਂ ਯਾਰ ਤੇਰੀ ਮਿਹਰਬਾਨੀ ਜੇ ਕੋਈ ਸ਼ਹਿ ਲੈਣੀ ਹੋ ਜਾਂ ਗੱਡੀ ਸਜਾਣੀ ਹੋ ਤੇ ਮੇਰਾ ਭਰਾ ਦੱਸ ਤੋ ਕੀ ਉਹ ਫੁੱਲ ਤਾਜ਼ਾ ਲਾਉਂਦੇ ਹੋ ਗੱਡੀ ਤੇ ਜਿਹੜੇ ਲੱਗੇ ਹੁੰਦੇ ਨਹੀਂ ਉਹ ਦਾਇਰਾ ਜਿਹਾ ਬਣਾ ਕੇ ਜਿਹੜਾ ਅੱਗੇ ਲਾਇਆ 1913 ਦੇ ਲਾਈਦੇ ਨੇ ਤਾਜ਼ਾ ਹੀ ਹੁੰਦੇ ਨੇ ਫੁੱਲ ਛੁੱਲ ਜਿਹੜੇ ਲੱਗੇ ਹਾਂਜੀ ਫੁੱਲ ਆ ਲੜੀਆਂ ਛੜੀਆਂ ਜਿਹੜੀਆਂ ਹੁੰਦੀਆਂ ਆ ਇਹ ਲੜੀਆਂ ਵੀ ਲਾਈਦੀਆਂ ਨੇ ਗੱਡੀ ਨੂੰ ਯਾਰ ਗੱਡੀ ਨੂੰ ਲਾਈਦੇ ਨੇ ਔਰ ਖੋਤਾ ਰੇੜੀ ਨੂੰ ਲਾਈਦੀਆਂ ਨੇ ਸਹੀ ਤੇ ਗੱਡੀ 20000 ਰੁਪਿਆ ਸਾਡੇ ਕੋਲ ਤੁਹਾਡੇ ਕੋਲ 20000 ਡਿਜ਼ਾਈਨ ਡਿਜ਼ੂਨ ਵਿਖਾ ਸਕਦੇ ਹੋ ਕੋਈ ਸਾਨੂੰ ਕਿਹੜਾ ਹੋਏਗਾ ਗੱਡੀ ਦਾ ਨਹੀਂ ਨਹੀਂ ਜਿਹੜੀ ਸਜਾਣੀ ਗੱਡੀ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਤੁਸੀਂ ਟੈਨਸ਼ਨ ਨਾ ਲਵੋ ਅੱਛਾ ਜਦੋਂ ਸਜਾਵਾਂਗੇ ਦੇਖ ਲੈਣਾ ਅਗਰ ਅੱਛੀ ਲੱਗੇ ਤਾਂ ਪੈਸੇ ਦੇ ਦੇਣਾ ਵਰਨਾ ਗੱਡੀ ਇੱਥੇ ਛੱਡ ਜਾਣਾ ਗੱਡੀ ਕਰ ਵੀ ਛੱਡ ਜੀਏ ਸਾਡੇ ਕੋਲ ਯਾਰ ਤੂੰ ਦੱਸ ਵਰਕਸ਼ਾਪ ਆਏ ਤੂੰ ਸੱਚੀ ਮੁੱਚੀ ਗੱਡੀ ਸਜਵਾਣੀ ਓਏ ਆਹੋ ਯਾਰ ਹੋਰ ਮੈਂ ਤੈਨੂੰ ਮਜ਼ਾਕ ਕਰਨ ਦੇ ਬਹੁਤ ਤੇ ਪੈਸੇ ਵਾਰਾ ਖਾਂਦੇ ਨਹੀਂ ਤੈਨੂੰ ਪੈਸੇ ਨੂੰ ਕੋਈ ਡਿਜ਼ਾਈਨ ਦਾ ਮੈਨੂੰ ਪਤਾ ਲੱਗੇ ਕਿ ਹਿਸਾਬ ਦੀ ਸਜਾਣੀ ਏ ਉਹ ਜੇ ਤੂੰ 4 ਫੁੱਲ ਲਾ ਕੇ ਮੇਰੇ ਕੋ 20000 ਲੈ ਲਵੇਂ ਤੇ ਇਹ ਕਿਹੜੇ ਫੁੱਲ ਹੈ ਬਈ ਯਾਰ ਕਿਹੜਾ ਡਿਜ਼ਾਈਨ ਤਾਂ ਦਿਖਾਵਾਂ ਕੋਈ ਮੈਨੂੰ ਸਮਝ ਨਹੀਂ ਆ ਰਹੀ ਮੈਂ ਐਲਬਮ ਰੱਖੀ ਇੱਥੇ ਡਿਜ਼ਾਈਨਾਂ ਦੀ ਤੇ ਤੈਨੂੰ ਸਮਝ ਨਹੀਂ ਆ ਰਹੀ ਤੂੰ ਕੰਮ ਬਦਲਾ ਤੈਨੂੰ ਤੇ ਇਸ ਕੰਮ ਦੀ ਨਹੀਂ ਸਮਝ ਆ ਰਹੀ ਮੇਰਾ ਵੀਰ ਜਦੋਂ ਗੱਡੀ ਸਜਾਣੇ ਆ ਨਾ ਅਸੀਂ ਆਹੋ ਤੇ ਕਸਟਮਰ ਵੇਖਦਾ ਖੁਸ਼ ਹੋ ਜਾਂਦਾ ਅੱਛਾ ਅੱਛਾ ਖੁਸ਼ੀ ਨਾਲ ਵੀ ਸਾਨੂੰ 2-4000 ਵੱਧ ਦੇ ਜਾਂਦਾ ਉਹ ਅੱਛਾ ਜੀ 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 ਉਹ ਬੰਦੇ ਫੇਰ ਹੋਰ ਆ ਜਿਹੜੇ ਤੈਨੂੰ ਖੁਸ਼ੀ ਨਾਲ ਦੇ ਜਾਂਦੇ ਆ ਹਾਂ ਖੁਸ਼ੀ ਨਾਲ ਤੈਨੂੰ ਕਹਿੰਦੇ ਤੂੰ ਬਿਮਾਰ ਆ ਤੂੰ ਭਾਈ ਉਹਨਾਂ ਦਾ ਦਿਲ ਖੁਸ਼ ਹੋ ਜਾਂਦਾ ਕਿ ਐਡੀ ਸੋਹਣੀ ਗੱਡੀ ਸਜਾਈ ਅੱਲਾ ਦੀ ਕਸਮ ਹਾਏ 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 ਅੱਛਾ ਜੀ ਵਾ ਵਾ ਨਹੀਂ ਤੂੰ ਮੇਰੀ ਉਹ ਨਾ ਸਜਾਈ ਤੂੰ ਮੈਂ 2-4000 ਨਹੀਂ ਦੇਣਾ ਤੂੰ ਜਿਹੜੀ ਮੇਰੀ ਨਾਰਮਲ ਜੀ ਉਹ ਸਜਾਣੀ ਹਾਂ ਜੀ ਅੱਛਾ ਮਾਲਾ ਕਿੰਨੇ ਦੀ ਇਹ ਵਜੰਤੀ ਮਾਲਾ ਨਹੀਂ ਹੈਗੀ ਹਾਂ ਇਹ ਗਲੇ 'ਚ ਪਾਉਣ ਵਾਲੀ ਮਾਲਾ ਹੈ ਇਹ ਵੀ ਲਾਉਂਦੇ ਹੋ ਗੱਡੀ ਦੇ ਕਿ ਨਹੀਂ ਯਾਰ ਕਦੀ ਕਿਸੇ ਨੇ ਮਾਲਾ ਗੱਡੀ ਤੇ ਲਾਈ ਏ ਤੂੰ ਕੋਮੇ 'ਚ ਹੈ ਹਾਂ ਕੀ ਹੈ ਤੇਰੇ ਦਿਮਾਗ ਨੂੰ ਕੋਈ ਵਜ੍ਹਾ ਹੈ ਕੀ ਹੈ ਤੈਨੂੰ ਤੇ ਮਾਲਾ ਨਹੀਂ ਲਾਈਦੀ ਮਾਲਾ ਨਹੀਂ ਲਾਈਦੀ ਗਲ 'ਚ ਪਾਈ ਦੀ ਏ ਯਾਰ ਅਗਲੇ ਦੀ ਮਰਜ਼ੀ ਮਾਲਾ ਲਵਾਵੇ ਜਾਂ ਨਾ ਲਵਾਵੇ ਤੇਰਾ ਕੋਈ ਮਸਲਾ ਹੈ ਇਸ ਗੱਲ ਦਾ ਯਾਰ ਤੂੰ ਮਾਲਾ ਪਾਣ ਦੇ ਗੱਡੀ ਦਾ ਕਿਸੇ ਟਰੱਕ ਨਾਲ ਵਿਆਹ ਹੈ ਅੱਛਾ ਨਹੀਂ ਮਾਲਾ ਨਹੀਂ ਪਾਣੀ ਮਾਲਾ ਨਹੀਂ ਪਾਣੀ ਮੇਰਾ ਭਾਈ ਸਹੀ ਲੜੀਆਂ ਲਵਾ ਗੁਲਦਸਤੇ ਲੈ ਮੋਜਾਂ ਲੈ ਇਹ ਵੀ ਲੱਗਦਾ ਗੱਡੀ ਦੇ ਇਹ ਨਾਲ ਲੈ ਕੇ ਜਾਈਦਾ ਅੱਗੇ ਗਿਫਟ ਕਰੀਦਾ ਅਗਲੇ ਘਰ ਅਗਲੇ ਘਰ ਉੱਥੇ ਭਾਵੇਂ ਜਾਂਦੇ ਲੜਾਈ ਹੋ ਜੇ ਹੱਕ ਮਹਿਰ ਤੋਂ ਤੇ ਇਹ ਜ਼ਾਇਆ ਹੋ ਗਿਆ ਨਾ ਸਰ ਯਾਰ ਇਹ ਕਿਸੇ ਨਾਲ ਜ਼ਾਇਆ ਹੋ ਗਿਆ ਯਾਰ ਹੈ ਕਾਹਦਾ ਹੱਕ ਮਹਿਰ ਹੁੰਦਾ ਨਾ ਕਿਸੇ ਵੇਲੇ ਕਹਿੰਦੇ ਕੁੜੀ ਵਾਲੇ ਜੀ 5 ਲੱਖ ਲਿਖ ਦਿਓ ਜੀ ਮੁੰਡੇ ਵਾਲੇ ਕਹਿੰਦੇ ਨਹੀਂ ਲਿਖਣਾ ਹਾਂ ਮੁੰਡੀ ਨਾਲ ਲੜਾਈ ਤੇਰਾ ਹੋਇਆ ਹੀ ਨਹੀਂ ਤੈਨੂੰ ਕੀ ਪਤਾ ਇਸ ਗੱਲ ਦਾ ਯਾਰ ਗੱਲ ਗੱਡੀ ਦੀ ਤੂੰ ਕਿੱਡੀ ਦੂਰ ਚਲਾ ਗਿਆ ਹੱਕ ਮਹਿਰ ਫਲਾਂ ਟੇਂ ਤੇ ਗੱਲ ਦਾ ਵਿਆਹ ਦੀ ਨਹੀਂ ਹੋਣ ਦੇ ਅੱਛਾ ਗੱਡੀ ਕਿਹੜੀ ਤੇਰੇ ਕੋਲ ਅੱਛਾ ਸਮਾਨ ਹੋਰ ਵੀ ਲੈਣਾ ਹੈ ਹੋਰ ਵੀ ਉਹ ਛੁਰਲੀਆਂ ਕੀ ਉਹ ਜਿਹੜਾ ਉਹ ਵਿੱਚੋਂ ਨਿਕਲਦੇ ਹੁੰਦੀ ਛੁਰਲੀਆਂ ਪਟਾਕੇ ਅਨਾਰ ਵਿਆਹ ਲਈ ਅੱਛਾ ਉਹ ਵੀ ਲੈਣੇ ਨੇ ਅਨਾਰ ਤੁਹਾਡੇ ਕੋਲ ਕਿਹੜਾ ਕੰਧਾਰੀ ਹੈ ਜਾਂ ਦੂਸਰਾ ਅਨਾਰ ਜਿਹੜਾ ਤੀਲੀ ਨਹੀਂ ਲਾਈਦੀ ਅੱਛਾ ਉਹ ਉਹੀ ਮੈਂ ਕਹਿਣ ਰਿਹਾ ਉਹ ਤਾਂ ਕੰਧੇਰੀ ਕਹਿ ਰਹੇ ਤੁਸੀਂ ਜਨਾਬ ਉਹ ਕੰਧਾਰੀ ਨਹੀਂ ਹੁੰਦਾ ਲਾਲ ਬੜਾ ਕਮਾਲ ਹੁੰਦਾ ਉਹ ਰੇੜੀਆਂ ਤੇ ਹੁੰਦਾ ਅੱਛਾ ਇਹ ਹੋਰ ਆ ਇਹ ਹੋਰ ਇਹ ਸਾਡੇ ਕੋਲ ਛਾਤੀ ਵਾਲਾ ਅਨਾਰ ਹੈ ਅਨਾਰ ਵੀ ਹੁੰਦੇ ਨੇ ਤੁਹਾਡੇ ਕੋਲ ਬਿਹਤਰੀਨ ਆ ਸੇਬ ਵੀ ਹੁੰਦੇ ਨੇ ਕੇਲੇ ਵੀ ਹੁੰਦੇ ਨੇ ਔਰ ਕਿਸ ਕਿਸਮ ਦਾ ਤੋਲੂ ਆਦਮੀ ਹੈ ਚਲੋ ਠੀਕ ਹੈ ਚਲੋ ਠੀਕ ਹੈ ਤੇ ਅੱਛਾ ਗੱਡੀ ਪਾਏ ਤੁਸੀਂ ਸਜਾਣੀ ਹੈ ਜੀ ਕਿ ਗੱਡੀ ਆ ਗਈ ਏ ਐਂਬੂਲੈਂਸ ਐਂਬੂਲੈਂਸ ਜੀ ਕੀ ਮਤਲਬ ਐਂਬੂਲੈਂਸ ਸਜਾਣੀ ਹੈ ਯਾਤਰਾ ਦਿਮਾਗ ਖਰਾਬ ਹੋ ਗਿਆ ਕਿਉਂ ਕੌਣ ਸਜਾਣਾ ਐਂਬੂਲੈਂਸ ਗੱਡੀ ਤੇਰੀ ਹੈ ਕਿ ਮੇਰੀ ਹੈ ਉਹ ਭਾਵੇਂ ਤੇਰੀ ਹੈ ਵੀ ਆ ਸਾਡੇ ਘਰ ਕਿ ਤੇਰੇ ਘਰ ਹੈ
ਮਰੀਜ਼ ਲਿਜਾਈ ਦੇ ਨੇ ਅਸੀਂ ਲਾੜਾ ਲੈ ਕੇ ਜਾਣਾ ਜੀ ਤੇਰੇ ਕੋਲ ਤਰਾਸ ਹੈ ਇਸ ਗੱਲ ਤੋਂ ਐਂਬੂਲੈਂਸ ਚ ਲਾੜਾ ਲੈ ਕੇ ਜਾਣਾ ਜੀ ਉਹ ਕਿਉਂ ਹੈਂਜੀ ਉਹ ਕਿਉਂ ਉਹ ਮਸਲਾ ਸੁਣਿਆ ਆ ਵੀ ਜਿਸ ਘਰ ਅਸੀਂ ਵਿਆਹ ਚੱਲੇ ਆ ਨਾ ਅੱਛਾ ਉਹਨਾਂ ਦੀ ਲੱਗਦੀ ਫਪਦੀ ਉੱਥੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਅੱਛਾ ਉਹ ਕਹਿੰਦੇ ਨੀ ਵਿਆਹ ਨਹੀਂ ਸੀ ਹੁੰਦਾ ਹਾਂ ਗੱਲ ਸਮਝੇ ਹੋ ਅੱਛਾ ਹੋ ਸਕਦਾ ਰਾਜ ਸਾਡੇ ਤੇ ਹਮਲਾ ਹੋ ਜਾਏ ਤੁਹਾਡੇ ਤੇ ਆਹੋ ਜੇ ਤੇ ਹਮਲਾ ਨਾ ਹੋਇਆ ਫਿਰ ਤੇ ਕੁੜੀ ਵਾਲੇ ਦੇ ਘਰ ਮਾੜੀ ਗੱਲ ਹੈ ਐਂਬੂਲੈਂਸ ਸਜਾ ਦਿਓ ਕਿੰਨੇ ਕੁ ਪੈਸੇ ਹੋਣਗੇ ਉਹਦੇ ਐਂਬੂਲੈਂਸ ਉਹ ਯਾਰ ਕਿਹੜੇ ਪੈਸੇ ਹੋਣਗੇ ਓਏ ਮੈਂ ਉਹ ਸੱਪਾ ਲੋ ਆਇਆ ਉਹ ਜਾਣਾ ਹੈ ਬਾਅਦ ਚ ਹਾਲੇ ਤੇ ਗੱਡੀ ਨਹੀਂ ਆਈ ਓ ਯਾਰ ਜਾ ਤੇਰੀ ਮਿਹਰਬਾਨੀ ਮੈਂ ਚੰਡ ਕੱਢ ਮਾਰਾਂਗੇ ਤੈਨੂੰ ਮੈਂ ਵੀ ਕਿਨੂੰ ਕਿਨੂੰ ਵਜਾ ਬਿਲਾ ਵਜਾ ਤੁਸੀਂ ਜਾਣੀ ਕਿ ਨਹੀਂ ਐਂਬੂਲੈਂਸ ਓ ਯਾਰ ਮੇਰਾ ਪਾਰਟਨਰ ਆ ਗਿਆ ਮੈਨੂੰ ਵੀ ਕੱਢ ਦੇ ਗਈ ਐਂਬੂਲੈਂਸ ਦੀ ਵਜਾ ਤੋਂ ਓਏ ਆ ਤੇਰੀ ਮਿਹਰਬਾਨੀ ਜਾ ਫਿਰ ਗੱਡੀ ਲੈ ਆ ਚੰਗੀ ਚੰਗੀ ਲੈ ਆਵਾਂ ਵੱਡੀ ਲੈ ਆਵਾਂ ਨਹੀਂ ਵੱਡੀ ਕੀ 18 ਸਾਲਾਂ ਦੀ ਨਹੀਂ ਜੇ ਤੂੰ 8 10 ਬਾੜੀਆਂ ਇਕੱਠੀਆਂ ਆ ਜਾਣ ਯਾਰ ਅਸੀਂ ਕਦੇ ਨਹੀਂ ਸਜਾਈਆਂ ਤੇਰੀ ਮਿਹਰਬਾਨੀ ਬਾਊ ਤੈਨੂੰ ਬਾਊ ਕਹਿਤਾ ਹੋਰ ਕੀ ਲੈਣਾ ਹੈ ਜਾ ਸ਼ਾਬਾਸ ਐਂਬੂਲੈਂਸ ਤੇ ਕੋਈ ਬਹੁਤੀ ਵੱਡੀ ਨਹੀਂ ਹੈਗੀ 5-6 ਬੰਦੇ ਤੇਰੇ ਕੋਲ 15-20 ਬਲਕਿ 15 ਮਿੰਟ ਵੀ ਨਹੀਂ ਲੱਗਣੇ ਯਾਰ ਕੀ ਧਾਗੇ ਵਾਲੀ ਐਂਬੂਲੈਂਸ ਐਡੀ ਵੱਡੀ ਨਹੀਂ ਹੈਗੀ ਐਂਬੂਲੈਂਸ ਵੱਡੀ ਹੁੰਦੀ ਹੈ ਭਾਈ ਜਾਨ ਹੈ ਪੂਰੀ ਬਰਾਤ ਨਹੀਂ ਜਾਣੀ ਉਹਦੇ ਲਾੜਾ ਹੀ ਜਾਣਾ ਤੇ 2-3 ਬੰਦੇ ਹੋਰ ਜਾਣੇ ਉਹ ਯਾਰ ਜਾ ਤੇਰੀ ਮਿਹਰਬਾਨੀ ਹੈ ਸਾਡੇ ਕੋਲ ਕੰਮ ਨਹੀਂ ਹੈਗਾ ਕਿਸੇ ਹੋਰ ਦੁਕਾਨ ਤੇ ਜਾ ਸ਼ਾਬਾਸ ਜਾ ਹੋਰ ਦੁਕਾਨ ਤੇ ਮੈਂ ਗਿਆ ਤਾਂ 2-3 ਦੇ ਹਾਂ ਉਹ ਕਹਿੰਦੇ ਜੀ ਆਹ ਸਜਾਉਂਦੇ ਨੇ ਇਸ ਲਈ ਤੁਹਾਡੇ ਕੋਲ ਆਇਆ ਅਸੀਂ ਗੱਡੀਆਂ ਜ਼ਰੂਰ ਸਜਾਈਦੀਆਂ ਨੇ ਮੇਰਾ ਬਾਊ ਯਾਰ ਮੈਂ ਤੈਨੂੰ ਬਾਊ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਮੈਂ ਅਗਰ ਤੈਨੂੰ ਵੱਡੀ ਗੱਡੀ ਕਹਾਂ ਤੇਰਾ ਮੂੰਹ ਹੈ ਉਹਦੇ ਵਾਲਾ ਇਹ ਐਂਬੂਲੈਂਸ ਵਾਲਾ ਮੂੰਹ ਹੈ ਯਾਰ ਜਾ ਸ਼ਾਬਾਸ ਜਾ ਮਿਹਰਬਾਨੀ ਨਾ ਤੰਗ ਕਰ ਜਾ ਵੀਰ ਮੇਰੇ ਬਲਕਿ ਸਜਾਉਣ ਵਾਲਾ ਨਹੀਂ ਕਿ ਐਂਬੂਲੈਂਸ ਦੇ ਵਿੱਚ ਹੋਵੇ ਨਾ ਮੂੰਹ ਇਹ ਸ਼ੀਸ਼ੇ ਤੋਂ ਵੇਖਦਾ ਹੋਵੇ ਕਿੰਨਾ ਸੋਹਣਾ ਲੱਗੇ ਖੁਦਾ ਦੀ ਕਸਮ ਯਾਰ ਨੈਸ਼ ਗੱਲਾਂ ਨਾ ਕਰ ਤੇਰੀ ਮਿਹਰਬਾਨੀ ਹੈ ਹੈ ਮੈਂ ਤੈਨੂੰ ਕਿਹਾ ਨਾ ਐਂਬੂਲੈਂਸ ਅਸੀਂ ਨਹੀਂ ਸਜਾਉਂਦੇ ਬਾਰ ਬਾਰ ਕਿਉਂ ਤੰਗ ਕਰ ਰਹੇ ਹਾਂ ਕੀ ਚਾਹ ਰਹੇ ਨਹੀਂ ਸਜਾਣੀ ਨਹੀਂ ਸਜਾਣੀ ਪੈਸੇ ਦੱਸ ਤੂੰ ਉਹ ਯਾਰ ਮੈਨੂੰ ਪੈਸੇ ਨਹੀਂ ਚਾਹੀਦੇ ਯਾਰ ਜਾ ਜਾਂ ਵੀ ਕਿਤੇ ਖਾਣਾ ਲਈ ਮੇਰੇ ਕੋਲ ਜਾ ਤੇਰੀ ਮਿਹਰਬਾਨੀ ਪੈਸੇ ਨਹੀਂ ਚਾਹੀਦੇ ਨਹੀਂ ਚਾਹੀਦੇ
ਕਾਲ ਕਰਨੀ ਮੁੰਡੇ ਡੈਡੀ ਬੈਠੇ ਗੱਡੀ ਵਾਸਤੇ। ਤੈਨੂੰ ਬੜੀ ਕਾਲ ਪਈ ਏ, ਨਿਕਲ ਇੱਥੋਂ ਦਾ ਬੱਚਾ ਕੀ ਵੇਖਣਾ। ਕਿੰਨੇ ਕੁ ਵਜੇ ਆ ਜਾਣ ਮੁੰਡੇ ਗੱਡੀ ਲੈ? ਨਿਕਲ ਇੱਥੋਂ ਮੁੰਡੇ ਦੇ ਪੁੱਤਰਾ ਕਿਧਰੇ।